بسم اللہ الرحمن الرحیم. السلام علیکم ناظرین, تسی بھی ویندے جی پروگرام جوانی 1947. میں دا میزبان بلال مبشر. ساری کوشش ہوندی ہے کہ اسی تہاڈے سامنے اس پروگرام دے اندر انہاں بزرگاں نوں لے کے جنہاں نے اپنی اکھاں دے نال یہ پاکستان بنتا ہویا ویکھیا ہوئے, جنہاں بنتے ہوئے ویکھیا ہوئے تے یا جنہاں نے بنایا ہے, دونوں گلیں بڑی اہم نے. اج ساڈے نال پھر ایک دفعہ موجود نے ایک ایسی شخصیت جنہاں نے اپنی کہہ لو کہ جڑا بچپن دا جڑا اصل حصہ سی جدے وچ کھیڈنا سی انہاں نے کھلونیاں دے نال, تو اس ویلے انہاں نے ہجرت دا جڑا سسٹم سی وہ سارا وہ لے کے تے اس ملک چ آئے پاکستان دے وچ تاکہ اپنی ملک دے وچ آزادی نہ رہ سکن. اج انہاں نال گل کران گے کہ وہ انہاں دی تاریخ پیدائش تو لگ کے اور اتھوں تک آن دا سفر کی انہوں نے درمیان چ ویکھیا, کیسے کیسے مناظر ہوئے اور 1947 دی 14 اگست کیویں دی سی, تے اج 2021 دے وچ بیٹھے ہیں تے ساڈی اج دی 14 اگست کیویں دی ہیگی ہے. نوجوان نسلاں واسطے بھی بہت کچھ یہ سیکھن نوں ملے گا. گل کرنا ہے جی اج دے ساڈے جڑے مہمان نے جناب بابا جی فضل حسین صاحب جی. السلام علیکم. بابا جی پہلا تے بہت شکریہ کہ تسی سانوں ویلا دتا ہوئے تاکہ اسی تنہا بہ کے نہ تہاڈی داستان جڑی ہے نہ سن سکیے اور ناظرین نوں دس سکیے. تقریباً تہاڈی عمر 85 تو 86 سال ہے, تو یہ مطلب یہ کہ تاری عمر اس جدو پاکستان بنیا میں ادو تھی کنے کنے سال 10-11 سال کے ادو تھی کی ویکیا ہے دسو سانو بارے. جدو ادو پھر جاڑا پی گیا ادو پھر کافل نال دنیا تر پی. صحیح. ہاں جی پنڈ ساڈا منیا سی ضلع گرداسپور. ٹھیک ہے. لاگے سانو شہر پہنتے سے ایک بھرا پر بہت پرانا شہر سی, اہم پرانا شہر, ایک دینا نگر سی, اتنے ریل سی, ادھر ریل کوئی نہیں سی. اتوں پھر اہم اجڑ کے ਪੱਤਣ 'ਤੇ ਆ ਗਏ ਹਾਂ ਅਤੇ ਮੋਹਾਲੇ ਪੱਤਣ ਤੋਂ ਅਸੀਂ ਨੰਗੇ ਹਾਂ, ਡੇਰੇ ਵਾਲੇ ਕੋਲ ਥਾਣੇ ਨਹੀਂ ਨੰਗੇ. ਅੱਛਾ. ਅਤੇ ਮੋਹਾਲੇ ਪੱਤਣ ਤੋਂ ਫਿਰ ਚੌਥੇ ਪੰਜਵੇਂ ਦਿਨ ਅਸੀਂ ਆਏ ਹਾਂ, ਕਤਲੇਆਮ ਵੇਖਦੇ ਆਏ ਹਾਂ, ਸਾਰਾ ਕਿੱਸਾ ਕਹਾਣੀ ਮੋਲ ਜੇ ਉਹ. ਫਿਰ ਉੱਥੇ ਨਾਲ ਹੀ ਕੋਈ 2-3-4 ਮੀਲ ਦੇ ਉੱਤੇ ਨਾਨਕੋਟ ਸ਼ਹਿਰ ਸੀ, ਸੁਣਿਆ ਹੋਏਗਾ ਤਹਿਸੀਲ ਸ਼ਹਿਰਗੜ੍ਹ 'ਚ. ਜੀ ਜੀ. ਫਿਰ ਅਸੀਂ ਉੱਥੇ ਰਿਹਾਇਸ਼ ਕੀਤੀ ਆ ਕੋਈ 2.5-3 ਸਾਲ. ਅੱਛਾ. ਉਸ ਤੋਂ ਬਾਅਦ ਫਿਰ ਸਾਡੇ ਪਿੰਡ ਦੇ ਜਿਹੜੇ ਬੰਦੇ ਸੀ ਖੱਜਲ ਖਰਾਬ ਜੇ ਉਹ ਆ ਕੇ ਤਾਂ ਫਿਰ ਇੱਥੇ ਆਣ ਕੇ ਇਹਨਾਂ ਡੇਰਾ ਲਾ ਲਿਆ. ਹਾਂਜੀ. ਸ਼ਨਾਵਰ ਵਾਲੇ ਹੋਏ, ਦੂਸਰੇ ਤੀਸਰੇ ਜਿੰਨੇ ਵੀ ਨੇ ਸਾਰੇ ਸਾਡੇ ਆਪਣੇ ਆਉਂਦੇ ਨੇ. ਅੱਛਾ ਅੱਛਾ. ਅਤੇ ਤੁਹਾਡੇ ਤੁਸੀਂ ਕਿੰਨੇ ਭੈਣ ਭਾਈ ਸੀ ਉੱਥੇ? ਉੱਥੇ ਅਸੀਂ ਹੈਗੇ ਸੀ ਕੋਈ 10-12-11 ਭੈਣ ਭਾਈ ਉੱਧਰ ਸੀ. ਅੱਛਾ. ਅਤੇ 2-3 ਇੱਧਰ ਆਣ ਕੇ ਹੋਏ ਸਨ. ਬਾਕੀ ਨਹੀਂ ਤਾਂ ਉੱਥੇ ਸਾਰੇ ਫਿਰ ਸਾਰੀ ਫੈਮਿਲੀ ਆਈ ਸੀ ਇੱਥੇ? ਸਾਰੀ ਫੈਮਿਲੀ ਟੋਟਲੀ ਜਿੰਨੇ ਵੀ ਆਏ ਸੀ ਉੱਥੇ, ਤਾਂ ਸਿਰਫ ਬੱਚੇ ਲੈ ਕੇ ਆਏ ਹਾਂ, ਹੋਰ ਕੋਈ ਸ਼ਾਖਦਾਲ ਹੀ ਨਹੀਂ ਕਿਸੇ ਨੇ ਚੁੱਕਣ ਦਿੱਤੀ, ਨਾ ਚੁੱਕੀ ਆ ਕਿਸੇ ਨੇ, ਕਿਉਂਕਿ ਉਦੋਂ ਦੌੜ ਭੱਜ ਇੰਨੀ ਪਈ ਦੀ ਸੀ ਕਿ ਭੁੱਖੇ ਪਿਆਸੇ ਬੁਰਾ. ਹਾਂਜੀ. ਕਈ ਬੰਦੇ ਤਾਂ ਇੰਜ ਦੇ ਸੀ ਕਿ ਉਹਨਾਂ ਦੇ ਲਾਸ਼ਾਂ ਪਿਛਾਂ ਢਾ ਢਾ ਕੇ ਛੱਪੜਾਂ 'ਚੋਂ ਤਾਂ ਪਾਣੀ ਪੀਤਾ. ਸਾਫ ਸੀ. ਉੱਥੋਂ ਫਿਰ ਅਸੀਂ ਇੱਥੇ ਆ ਗਏ ਹਾਂ. ਇੱਥੇ ਆਣ ਕੇ ਫਿਰ ਜ਼ਿੰਦਗੀ ਬਸ਼ਰ ਥੋੜ੍ਹੀ ਜਿਹੀ ਕੀਤੀ ਆ ਜਿੰਨੀ ਵੀ ਆ ਇੱਥੇ. ਉਦੋਂ ਤੁਸੀਂ ਤੁਹਾਡੀ ਉਮਰ ਜਿਹੜੀ ਦੱਸਿਆ 10-12 ਸਾਲ ਸੀ, ਅਤੇ ਤੁਹਾਡੇ ਤੋਂ ਵੱਡੇ ਕਿੰਨੇ ਅਤੇ ਛੋਟੇ ਕਿੰਨੇ ਭਾਈ ਸਨ? ਮੈਥੋਂ 4 ਅਤੇ 1 5 ਵੱਡੇ ਸਨ. ਅੱਛਾ. ਬਾਕੀ ਛੋਟੇ? 4 ਭੈਣਾਂ ਸੀ. ਅੱਛਾ. ਅਤੇ 2 ਅਸੀਂ ਭਾਈ ਸੀ ਪਹਿਲੇ ਟੱਬਰ 'ਚੋਂ, 2 ਟੱਬਰ ਕੀਤੇ ਮੇਰੇ ਬਾਪ ਨੇ. ਉਸ ਤੋਂ ਬਾਅਦ ਫਿਰ ਦੂਸਰੇ ਟੱਬਰ ਦੇ ਵਿੱਚੋਂ 3 ਭੈਣਾਂ ਹੋਈਆਂ ਅਤੇ 4 ਭਾਈ ਹੋਏ ਨੇ. ਸਹੀ. ਹਾਂ. ਉਹ ਇੱਧਰ ਆਣ ਕੇ 2-3 ਉੱਧਰ ਹੋਏ ਸੀ ਦੂਸਰੇ ਟੱਬਰ 'ਚੋਂ, ਬਾਕੀ ਫਿਰ ਇੱਧਰ ਆਣ ਕੇ ਹੋ ਗਏ. ਉੱਥੋਂ ਫਿਰ ਚੱਲਦਿਆਂ ਚੱਲਦਿਆਂ ਬਸ ਇਸੇ ਤਰ੍ਹਾਂ ਫਿਰ ਉਹ ਦਾਸਤਾਨ ਚੱਲਦੀ ਰਹੀ ਚੱਲਦੀ ਰਹੀ. ਉੱਜੜ ਜਾੜੇ ਉੱਧਰ ਉੱਧਰ ਜੇ ਉਹ ਕਰਦਿਆਂ ਕਰਦਿਆਂ ਚੌਲ ਜੀ ਇੱਥੇ ਆਣ ਕੇ ਡੇਰਾ ਲਾ ਦਿਆ. ਇਹ ਤਾਂ ਜਦੋਂ ਤੁਹਾਨੂੰ ਪਤਾ ਚੱਲਿਆ ਜੀ ਕਿ ਪਾਕਿਸਤਾਨ ਹੁਣ ਵੱਖਰਾ ਹੋਣ ਵਾਲਾ ਹੋਵੇ ਔਰ ਤੁਸੀਂ ਤਿਆਰੀ ਸ਼ੁਰੂ ਕੀਤੀ, ਅਤੇ ਤੁਹਾਡੇ ਦਿਨ 'ਚ ਕਿਹੜੀ ਗੱਲ ਆਉਂਦੀ ਸੀ, ਕੀ ਸੋਚ ਕੇ ਤੁਸੀਂ ਉੱਥੋਂ ਹਿੰਦੁਸਤਾਨ ਤੋਂ ਪਾਕਿਸਤਾਨ ਆਏ? ਬਸ ਜੀ ਉਹ ਤੁਹਾਨੂੰ ਦੱਸਿਆ ਵੀ ਅਸੀਂ ਛੋਟੇ ਛੋਟੇ ਸੀ ਅਤੇ ਡੰਗਰ ਚਾਰਦੇ ਸੀ. ਅੱਛਾ. ਮਤਨ ਡੰਗਰ ਚਾਰਦਿਆਂ ਚਾਰਦਿਆਂ ਗੱਲ ਸੁਣਦੇ ਰਹੇ ਹਾਂ ਵੱਡਿਆਂ ਤੋਂ ਵੀ ਯਾਰ ਜੀ ਉਹ ਦੁਨੀਆਂ ਨੇ ਜੀ ਉੱਜੜ ਜਾਣਾ ਜੀ ਉਹ ਹੋ ਜਾਣਾ, ਲੈਂਦੇ ਤਾਂ ਦੁਨੀਆਂ ਚੜ੍ਹਦੇ ਤਾਂ ਚੜ੍ਹਦੇ ਦੀ ਲੈਂਦੇ ਚੱਲ ਜਾਣੀ ਆ. ਉੱਥੇ ਦੀਨਾਨਗਰ ਸਾਡੇ ਸ਼ਹਿਰ ਦੇ ਵਿੱਚ ਫਿਰ ਅੱਗ ਲੱਗ ਗਈ. ਉੱਥੋਂ ਫਿਰ ਅਸੀਂ ਉੱਡਣ ਦਾ ਸੋਟਾ ਫੇਰਿਆ, ਡੰਗਰਾਂ ਨੂੰ ਲਿਆ ਕੇ ਘਰ 'ਚ ਰੱਖੇ, ਆਪ ਰਾਤ ਫਿਰ ਰਹੇ. ਉੱਥੋਂ ਦੀਨਾਨਗਰ ਸ਼ਹਿਰ ਵੀ ਅੱਧਾ ਕਿ ਸਾਡੇ ਪਿਓ ਗਾਉਂ 'ਚ ਆ ਗਿਆ. ਹਾਂਜੀ. ਕੋਈ ਲਾਗੇ ਛਾਗੇ ਦੇ ਪਿੰਡ ਜਿਹੜੇ ਸੀ ਉਹ ਵੀ ਸਾਡੇ ਗਾਉਂ 'ਚ ਆ ਗਏ. ਉਹਨਾਂ ਨੂੰ ਫਿਰ ਆਖਿਆ ਵੀ ਮੀਆਂ ਤੁਸੀਂ ਜੋ ਕੋਈ ਖਾਣਾ ਪੀਣਾ ਖਾਓ ਪੀਓ, ਲੈਲਾ ਬੱਕਰੀ ਕੁੱਕੜੀਆਂ ਕਾਕੜੀਆਂ ਜੇ ਚੌਲ ਆਟਾ ਜੋ ਵੀ ਖਾਣਾ ਵੈਸੇ ਖਾਈ ਜਾਓ, ਅਤੇ ਰਾਤ ਕੱਢੋ ਦੇਣੇ. ਫਿਰ ਉੱਠ ਕੇ ਅੱਲਾ ਦੀ ਸਪੋਰਟ ਫਿਰ ਅਸੀਂ ਮੋਹਾਲੇ ਪੱਤਣ 'ਤੇ ਆ ਗਏ. ਉੱਥੋਂ ਕੋਈ ਚੀਜ਼ ਨਹੀਂ ਸੀ ਲੈ ਕੇ? ਕੋਈ ਸ਼ਾਖ ਦਾਲ ਨਹੀਂ, ਸਿਰਫ ਜਾਣੇ. ਅਤੇ ਜਦੋਂ ਕਿੰਨੇ ਦਿਨਾਂ 'ਚ ਪਹੁੰਚੇ ਸੀ ਤੁਸੀਂ ਪਾਕਿਸਤਾਨ? ਉੱਥੋਂ ਪਾਕਿਸਤਾਨ ਅਸੀਂ ਪਹੁੰਚੇ ਸੀ ਮੇਰਾ ਖਿਆਲ ਹੈ ਤਕਰੀਬਨ ਕੋਈ 4-5 ਦਿਨ. ਅੱਛਾ. ਰਸਤੇ ਵਿੱਚ ਤੁਸੀਂ ਕੀ ਵੇਖਿਆ? ਇਹੋ ਹੀ ਵੇਖਿਆ ਸਿੱਖਾਂ ਦੇ ਹੀ
ਕਾਫਲੇ ਵੇਖੇ, ਕਤਲ ਹੁੰਦੇ ਵੇਖੇ, ਤੌੜ ਭੱਜ ਲੱਗੀ ਗਈ। ਤੁਸੀਂ ਫੈਮਿਲੀ ਹੈ ਤੁਹਾਡੇ ਨਾਲ, ਹੋਰ ਵੀ ਫੈਮਿਲੀ ਹੈ ਤੁਹਾਡੀ? ਨਹੀਂ ਨਹੀਂ, ਕਾਫਲਾ ਪੂਰਾ ਸੀ। ਪੂਰਾ ਕਾਫਲਾ ਸੀ। ਤੁਹਾਡੇ ਕਾਫਲੇ ਤੇ ਹਮਲਾ ਨਹੀਂ ਸੀ ਹੋਇਆ ਕੋਈ? ਹੋਇਆ। ਅੱਛਾ। ਵੈਸੇ ਜਿਹੜਾ ਸੀ ਸ਼ਨਾਵਰ ਵਾਲਿਆਂ ਦਾ ਬਾਪ, ਹਾਂਜੀ, ਖੈਰਦੀਨ ਜੀ ਜੀ, ਇਹਨਾਂ ਨਾਲ ਸਾਡਾ ਬਹੁਤ ਪਿਆਰ ਸੀ। ਬਚਪਨ ਤੋਂ ਰੱਖ ਕੇ ਇੱਕ ਪੁਲਿਸ ਵਿੱਚ ਸੀ ਅਤੇ ਸਾਡੇ ਸਬੁਰਦ ਸੁੱਟ ਗਏ, ਤਾਂ ਸਾਡੇ ਪਿਓ ਦੀ ਸਬੁਰਦ, ਆਪਣੀ ਔਲਾਦ ਸਾਰੀ, ਕਿਉਂਕਿ ਤਾਂ ਕਰਕੇ ਸਾਡੀ ਇੱਧਰ ਨਾਲ ਗੱਲਬਾਤ ਜਿਹੜੀ ਉਹ ਹਜੇ ਤੱਕ ਚੰਗੀ ਰਹੀ ਆ ਅਤੇ ਮੰਨਦੇ ਰਹੇ ਨੇ ਸਾਨੂੰ। ਇਹਨੇ ਫਿਰ ਉੱਥੇ ਲਲਕਰਾ ਮਾਰਿਆ, ਤਲਵਾਰ ਕੱਢ ਕੇ ਪੁਲਿਸ ਵਿੱਚ ਸੀ ਨਾ, ਅਤੇ ਜਵਾਨ ਬੜਾ ਸੀ। ਅੱਛਾ। ਤੁਸਾਂ ਨੇ ਵੇਖਿਆ ਹੋਏਗਾ ਨਹੀਂ ਜਾਂ ਨਹੀਂ ਵੇਖਿਆ, ਬਹੁਤ ਜਵਾਨ ਸੀ। ਇਹਨੇ ਫਿਰ ਉੱਥੇ ਲਲਕਰਾ ਮਾਰਿਆ ਵੀ ਤਗੜੇ ਹੋ ਜਾਓ, ਮੈਂ ਖੈਰਦੀ ਨਹੀਂ, ਉਹ ਫਿਰ ਨੱਠ ਗਏ, ਖੈਰਦੀ ਨੂੰ ਨਾ ਸੁਣ ਕੇ ਨੱਠ ਗਏ। ਅੱਛਾ। ਹਾਂ, ਇਹ ਉਹਨੇ ਉੱਥੇ ਕਤਲੇਆਮ ਬੜੀ ਕਰਕੇ ਆ ਗਿਆ ਸੀ ਅੰਮ੍ਰਿਤਸਰ। ਕੌਣ? ਖੈਰਦੀ। ਅੱਛਾ। ਸ਼ਨਾਵਰ ਵਾਲਿਆਂ ਦਾ ਪਿਓ। ਸਹੀ। ਹਾਂ, ਪੁਲਿਸ ਜੀ ਨੇ ਉੱਥੇ ਫਿਰ ਕਤਲੇਆਮ ਬਹੁਤ ਕੀਤੀ। ਇੱਕ ਤਾਂ ਆਉਂਦਾ ਵੀ ਥਾਣੇਦਾਰ ਦਾ ਘਰ ਮਿਸਣ ਬਾਲ ਬੱਚਾ ਹੀ ਮੁਕਾ ਕੇ ਆਇਆ ਸੀ, ਜਿਸ ਵਜ੍ਹਾ ਤੋਂ ਉਹਨਾਂ ਉੱਥੇ ਜਦੋਂ ਇਹਦਾ ਨਾਂ ਸੁਣਿਆ ਨਾ, ਉਦੋਂ ਫਿਰ ਨੱਠ ਗਏ ਉਹ। ਸਹੀ। ਨਹੀਂ ਤਾਂ ਸਿਰਫ ਮੁਸਲਮਾਨਾਂ ਨੇ ਵੀ ਕੀਤੀ ਕਤਲੇਆਮ ਜਾਂ ਸਿੱਖਾਂ ਨੇ ਵੀ ਕੀਤੀ? ਦੋਵਾਂ ਨੇ ਕੀਤੀ। ਮੁਸਲਮਾਨਾਂ ਕੋਈ ਨਹੀਂ ਕੀਤੀ। ਕਹਿ ਰਹੇ ਸੀ ਨਾ ਕਿ ਇਹਨਾਂ ਖੈਰਦੀਨ ਸਾਹਿਬ ਨੇ ਵੀ ਕੀਤੀ ਹੈ? ਉਹ ਪਰਾਂ ਪਰਾਂ ਹੀ, ਪਹਿਲਾਂ ਪਹਿਲਾਂ ਹੀ, ਪਹਿਲਾਂ ਪਹਿਲਾਂ। ਹਾਂ, ਜਦੋਂ ਬੋਲਿਆ ਨਾ ਹਿੰਦੁਸਤਾਨ ਪਾਕਿਸਤਾਨ, ਹਾਂਜੀ, ਉਦੋਂ ਕੀਤੀ ਆ। ਸਹੀ ਹੈ। ਉਸ ਤੋਂ ਬਾਅਦ ਕੋਈ ਨਹੀਂ, ਮਤਲਬ ਉਦੋਂ ਸਾਰਿਆਂ ਨੇ ਇਹ ਅਰੇਂਜ ਬਣਾ ਲਿਆ ਸੀ ਕਿ ਜਾਂ ਮਰ ਜਾਵਾਂ ਜਾਂ ਮਾਰ ਦਾਂਗੇ, ਜਾਂ ਮਾਰ ਦੇਣਾ। ਫਿਰ ਜਦੋਂ ਦੁਨੀਆ ਉਧੜ ਕੇ ਇੱਧਰ ਆਈ ਹੈ, ਇਹਨਾਂ ਫਿਰ ਵੇਖਿਆ ਵੀ ਆ ਜਿਹੜੀ ਸਾਡੀ ਦੁਨੀਆ ਸੀ, ਇੱਧਰ ਦੀ ਦੁਨੀਆ ਇਹ ਆਈਓ ਤੋਰਨ ਦੀ ਲਈ, ਉਹਨਾਂ ਨੂੰ ਜਿਵੇਂ ਪ੍ਰਾਹੁਣਿਆਂ ਨੂੰ ਤੋਰੀ ਦਾ ਵਾ, ਇਹ ਫਿਰ ਸਾਡੇ ਲੋਕਾਂ ਨੇ ਆਣ ਕੇ ਤੇ ਫਿਰ ਇੱਧਰ ਕਤਲੇਆਮ ਕੀਤੀ ਹੈ। ਚੰਗੇ ਸਿੱਖ ਮਾਰੇ ਨੇ ਪਾਕਿਸਤਾਨ ਆ ਕੇ, ਪਾਕਿਸਤਾਨ ਆਣ ਕੇ ਇੱਥੇ ਕਾਫਲਾ ਕਾਰਖਾਨਾ ਇੱਕ ਪਹਾੜ ਆ। ਅੱਛਾ। ਅਟੈਸ਼ਨ ਦੇ ਸਾਹਮਣੇ ਜਿਹੜਾ ਸੀ ਜੀ ਜੀ, ਇੱਥੇ ਕਾਫਲਾ ਸੀ ਬੈਠਾ ਹੋਇਆ ਨੇ, ਤਿੰਨਾਂ ਚੌਂ ਪਿੰਡਾਂ ਦਾ ਸਿੱਖਾਂ ਦਾ। ਇਹ ਫਿਰ ਗੱਡੀ 'ਚ ਬੈਠੇ, ਗੱਡੀ ਫਿਰ ਸਾਡੇ ਬੰਦਿਆਂ ਦਾ ਇੱਥੇ ਜਾ ਕੇ ਪੁੱਲ 'ਤੇ ਨਹਿਰ ਵਾਲੇ ਤੋਂ ਡੱਕਣੀ ਆ। ਇੱਥੇ ਵੱਡੇ ਵੱਡੇ ਸੁੱਟੇ ਨੇ ਨਾ, ਕੋਈ ਨਹਿਰ 'ਚ ਸੁੱਟੇ, ਕੋਈ ਬਾਹਰ ਸੁੱਟੇ, ਕੋਈ ਗੱਡੀ 'ਚ ਸੁੱਟੇ, ਬੜੀ ਉਦੋਂ ਇਹਨਾਂ ਫਿਰ ਆਣ ਕੇ ਕਤਲਾ ਕੀਤੀ ਹੈ ਸਾਡੇ ਇੱਧਰ। ਉਹ ਪਰਾਂ ਦਾ ਪਤਾ ਨਹੀਂ ਜਾਂ ਉੱਧਰ ਇੱਧਰ ਵੀ ਕੀ ਕਰਦੇ ਰਹੇ ਨੇ ਜਾਂ ਕੀ ਨਹੀਂ ਕਰਦੇ ਰਹੇ। ਅੱਜ ਕੱਲ੍ਹ ਦੇ ਜਿਹੜੇ ਮੁੰਡੇ ਖੁੰਡੇ ਹੈਗੇ ਨੇ, ਉਹ ਤਾਂ ਜਦੋਂ ਵੇਖਦੇ ਨਾ ਕੋਈ ਮੁਰਗੀ ਜ਼ਿਬਾ ਹੁੰਦੀ ਹੋਵੇ, ਖੂਨ ਨਿਕਲਦਾ ਹੋਵੇ ਨਾ, ਅਤੇ ਉਹਨਾਂ ਨੂੰ ਹੌਲ ਪੈਣ ਲੱਗ ਪੈਂਦੇ ਨੇ। ਤੁਸੀਂ ਤਾਂ ਬੰਦੇ ਜ਼ਿਬਾ ਹੁੰਦੇ, ਬੰਦੇ ਕੱਟਦੇ ਵੇਖੇ ਹੈਗੇ ਜੀ? ਬਹੁਤ ਜ਼ੁਲਮ, ਜ਼ੁਲਮ, ਜ਼ੁਲਮ ਹੁੰਦੇ ਵੇਖ। ਅਗਰ ਅਗਰ ਉਸ ਵਕਤ ਇਹ ਕਤਲੋ ਆਮ ਨਾ ਹੁੰਦਾ ਤਾਂ ਫਿਰ ਕੀ ਹੁੰਦਾ? ਪਾਕਿਸਤਾਨ ਵੱਖਰਾ ਹੋ ਸਕਦਾ ਸੀ ਕਿ ਨਹੀਂ? ਫਿਰ ਇਹ ਤਾਂ ਬਾਬੇ ਕਾਜ਼ੀ ਆਜ਼ਮ ਨੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ, ਇਹਨੂੰ ਕਾਹਲੀ ਪਾਈ ਦੀ ਸੀ ਨਾ ਵੀ ਛੇਤੀ ਕਰ, ਛੇਤੀ ਕਰ। ਉਹਨੂੰ ਕਹਿ ਲੱਖਾਂ ਦੁਨੀਆ ਮਰ ਜਾਣੀ ਹੈ, ਤੁਸੀਂ ਸਬਰ ਕਰੋ। ਉਹਨਾਂ ਨੂੰ ਉਹਨੂੰ ਪਤਾ ਸੀ ਕਿ ਦੁਨੀਆ ਮਰਨੀ ਉੱਧਰ ਉੱਧਰ ਜਦੋਂ ਤੁਰ ਪਈ ਤਾਂ ਉਹ ਗੱਲ ਸਾਹਮਣੇ ਉਹਦੇ ਆ ਗਈ। ਕਤਲੇਆਮ ਹੋ ਗਏ, ਮਰ ਗਏ, ਕਈ ਰੁੜ ਗਏ, ਕਈ ਕਿਸੇ ਕਹਾਣੀ, ਨੌਜਵਾਨਾਂ, ਧੀਆਂ, ਬੱਚੇ ਸਾਰੇ ਲੈ ਕੇ ਲੋਕ ਬਸ। ਅਤੇ ਸੰਗਲੇ ਵੀ ਕਿਹੜੇ ਕਿੰਨੇ, ਜਦੋਂ ਤੁਸੀਂ ਦੱਸਿਆ ਕਿ ਚਾਰ ਸਾਲ ਉੱਥੇ ਰਹੇ, ਉਸ ਤੋਂ ਬਾਅਦ ਸੰਗਲੇ ਆਏ ਤੁਸੀਂ, ਸੰਗਲੇ ਹੀ ਤੁਸੀਂ ਫਿਰ ਕਿਉਂ ਆਏ ਜੇ? ਸੰਗਲੇ ਪਿੰਡ ਦੇ ਬੰਦੇ ਸਾਰੇ ਜੋ ਇੱਥੇ ਆ ਗਏ, ਇੱਥੇ ਆ ਗਏ। ਅੱਛਾ। ਅਤੇ ਇਹਨਾਂ ਨੇ ਆਖਿਆ ਵੀ ਤੁਸੀਂ ਵੀ ਹੁਣ ਇੱਥੇ ਹੀ ਆ ਜਾਓ। ਅੱਛਾ। ਸਾਡੇ ਇੱਥੇ 40-50 ਘਰ ਨੇ, ਇੱਕੋ ਪੰਗਾ ਆਉਂਦੇ। ਅੱਛਾ। ਅਤੇ ਤੁਸੀਂ ਝੂਠ ਸਿੱਖਾਂ ਵਿੱਚ ਹੀ ਫਿਰ ਆ ਕੇ ਵੱਸ ਗਏ? ਇੱਥੇ ਹੀ ਆਣ ਕੇ ਵੱਸੇ ਹਾਂ। ਅੱਛਾ। ਹਾਂ, ਇਹੋ ਹੀ ਸਾਡੇ ਕੰਮ ਕਾਰ ਰਿਹਾ ਹੱਥਾਂ। ਅੱਛਾ। ਅਤੇ ਕੋਈ ਤਲੀਮ ਹਾਸਲ ਕੀਤੀ ਆ ਕੇ ਕਿ ਨਹੀਂ? ਨਹੀਂ, ਮੈਂ ਨਹੀਂ ਕੀਤੀ ਜੀ। ਇਸ ਵਾਸਤੇ ਕਿ ਬਚਪਨ ਦੇ ਵਿੱਚ ਬੱਚੇ ਬੱਚੇ ਛੋਟੇ ਛੋਟੇ, ਤੁਹਾਨੂੰ ਦੱਸਿਆ ਕਿ ਦੋ ਭਾਈ ਵੱਡੇ ਸੀ, ਅਸੀਂ ਮਜ਼ਦੂਰੀ ਕਰ ਕਰਕੇ ਰੋਟੀ ਖਾਧੀ ਆ, ਬਾਲਣ ਵੀ ਵੇਚਿਆ, ਪੱਠੇ ਵੀ ਵੇਚੇ ਨੇ। ਸਹੀ। ਹਾਂਜੀ। ਦਿਹਾੜੀਆਂ ਵੀ ਲਾਈਆਂ ਨੇ, ਬਾਲਣ ਬੜਾ ਵੇਚਿਆ, ਅਤੇ ਇਸ ਹਿਸਾਬ ਨਾਲ ਫਿਰ ਆਪਣਾ ਵਕਤ ਪੂਰਾ ਕਰਦੇ ਨੇ। ਫਿਰ ਦੂਸਰੇ ਭਰਾ ਜਿਹੜੇ ਸੀ ਉਹ ਜਵਾਨ ਹੋ ਗਏ, ਫਿਰ ਕਲੀਨਾਂ ਦਾ ਕੰਮ ਲੱਗ ਪਏ ਕਰਨ, ਕਲੀਨ ਸ਼ਲੀਨ ਇਹ ਲੱਗ ਪਏ ਕਰਨ, ਅਤੇ ਉਹ ਖੜੀਆਂ ਖੁੜੀਆਂ ਬਣਾ ਲਈਆਂ ਬਸ। ਫਿਰ ਇਸ ਤਰ੍ਹਾਂ ਨਾਲ ਫਿਰ ਡੰਗ ਦੁਆਲਾ ਤੁਰਿਆ ਰਿਹਾ। ਉਸ ਤੋਂ ਬਾਅਦ ਫਿਰ ਬਾਪ ਮਰ ਗਿਆ, ਮਾਂ ਤਾਂ ਪਹਿਲਾਂ ਹੀ ਮਰ ਗਈ ਸੀ ਨਾ, 11 ਕੁ ਮਹੀਨੇ ਦਾ ਸੀ ਜਦੋਂ ਮੇਰੀ ਮਾਈ ਫੌਤ ਹੋਈ ਆ, ਪਤਾ ਨਹੀਂ। ਅੱਛਾ। ਉਹ ਪਿੱਛੇ ਉਹ ਪਿੱਛੇ ਹੀ ਬਹੁਤ ਹੋ ਗਈ ਸੀ। ਸਹੀ। ਅਤੇ ਇੱਥੇ ਤੁਹਾਡੇ ਕੋਲ ਕਿੰਨੇ ਬੱਚੇ ਨੇ? ਮੇਰੇ ਕੋਲ ਜੀ 5 ਬੱਚੀਆਂ ਨੇ। ਅੱਛਾ। ਅਤੇ 3 ਬੱਚੇ ਨੇ ਮੇਰੇ। ਅਤੇ ਪੋਤਰੇ ਪੋਤਰੀ ਕਿੰਨੇ ਜੇ? ਪੋਤੀਆਂ ਪੋਤੇ 4 ਪੋਤੇ ਨੇ। ਅੱਛਾ। ਅਤੇ 5 ਅਤੇ 6 7 7 8 8 ਪੋਤੀਆਂ ਪੋਤੇ। ਅਤੇ ਦੋਤੇ ਦੋਤਰੀਆਂ? ਹਾਂਜੀ, ਦੋਤੀਆਂ ਦੋਤੇ ਤਾਂ ਅੱਜ ਆਉਣੇ, ਪਰ ਵਿਆਹੇ ਹੀ ਨਹੀਂ। ਇੱਕ ਦੋਤੀ ਦੇ ਘਰ ਬੱਚੀ ਹੋਈ ਹੈ। ਅੱਛਾ ਅੱਛਾ। ਚਲੋ, ਜਿਹੜਾ ਖਿਆਲ ਰੱਖੇ। ਹੁਣ ਤੁਸੀਂ ਵੇਖਦੇ ਹੋ ਅੱਜ ਕੱਲ੍ਹ ਨਵੀਂ ਨਸਲ ਜਦੋਂ 14 ਅਗਸਤ ਮਨਾਉਂਦੀ ਹੈ, ਝੰਡੀਆਂ ਲਾਉਂਦੇ, ਝੰਡੇ ਲਾਉਂਦੇ ਨੇ, ਅਤੇ ਤੁਹਾਡੇ ਦਿਨ 'ਚ ਕੀ ਖਿਆਲ ਆਉਂਦਾ ਵੇ? ਉਹੀ ਜ਼ਹਿਨ ਆ ਜਾਂਦਾ, ਉਹੀ ਜ਼ਹਿਨ ਸੀਨ ਪੂਰਾ। ਤੁਹਾਨੂੰ ਮੈਂ ਆਖਿਆ ਨਾ ਕਿ ਤੁਸੀਂ ਅੱਜ ਕਰਤਾਰ ਸਿੰਘ ਫਿਲਮ ਕੱਢ ਲਓ,
ਸਹੀ ਤੁਹਾਨੂੰ ਦਾਸਤਾਨ ਲੱਭ ਜਾਏਗੀ ਵੀ ਕੀ ਇਹਦੇ ਵਿੱਚ ਹੋਇਆ ਅਤੇ ਕੀ ਸਾਡੇ ਨਾਲ ਹੁੰਦਾ ਰਿਹਾ ਵਾ ਸਾਡੇ ਵੱਡਿਆਂ ਨਾਲ ਤੁਹਾਡੇ ਨਾਲ ਨਹੀਂ। ਹਾਂਜੀ ਅਸੀਂ ਤਾਂ ਮੌਜਾਂ ਕਰਨ ਡਿਆ। ਹਾਂਜੀ ਤੁਹਾਡੇ ਵੱਡਿਆਂ ਨਾਲ ਕੀ ਹੋਇਆ ਜੀ? ਇਹ ਤੁਹਾਨੂੰ ਬਿਲਕੁਲ ਕਰਤਾਰ ਸਿੰਘ ਫਿਲਮ ਦੱਸ ਦੇਗੀ। ਮੈਂ ਵੇਖ ਲੈਂਦਾ ਕਦੇ ਕਦੇ ਕੰਪਿਊਟਰ 'ਤੇ। ਸਹੀ ਅਤੇ ਕੀ ਪੈਗਾਮ ਦੇਣਾ ਚਾਹੋਗੇ 14 ਅਗਸਤ ਵਾਲੇ ਨਾਲ ਸਾਡੀ ਆਵਾਮ ਨੂੰ? ਬਸ ਇਹੋ ਹੀ ਕੁਛ ਹੀ ਆ। ਅੱਛਾ ਚਲੋ ਠੀਕ ਹੈ, ਬਹੁਤ ਸ਼ੁਕਰੀਆ ਜੀ। ਦਾਸਤਾਨ ਹੀ ਆ ਨਾ ਜਿਹੜੀ ਆਇਆ ਸੀ। ਹਾਂਜੀ ਤਾਂ ਬਾਕੀ ਇੱਦਾਂ ਹੀ ਆ ਵੀ ਉੱਥੇ ਤਿੰਨ ਦੱਸਾਂ ਵੀ ਇੰਡੀਆ 'ਚ ਪੈਦਾ ਹੋਏ, ਉੱਥੇ ਹੀ ਬਸ ਜੰਮੇ ਪਲੇ, ਸਾਰਾ ਕਿੱਸਾ ਕਹਾਣੀ ਕੀਤਾ। ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ, ਤੁਹਾਨੂੰ ਟਾਈਮ ਦਿੱਤਾ, ਸਾਨੂੰ ਆਪਣੀ ਤੁਹਾਨੂੰ ਦਾਸਤਾਨ ਸੁਣਾਈਏ। ਅਤੇ ਨਾਜ਼ਰੀਨ ਉਮੀਦ ਕਰਨਾ ਜੀ ਕਿ ਤੁਹਾਨੂੰ ਅੱਜ ਕੁਝ ਸਿੱਖਣ ਨੂੰ ਬਹੁਤ ਕੁਝ ਮਿਲਿਆ ਹੋਵੇਗਾ ਯਕੀਨੀ ਤੌਰ 'ਤੇ, ਕਿ ਕਿੰਨਾ ਔਖਾ ਸਾਨੂੰ ਇਹ ਪਾਕਿਸਤਾਨ ਮਿਲਿਆ ਵੀ ਸਾਨੂੰ ਇਹਦੀ ਕਦਰ ਕਰਨੀ ਚਾਹੀਦੀ ਹੈਗੀ, ਸਾਨੂੰ ਅਫਵਾਜ ਪਾਕਿਸਤਾਨ ਦੀ ਹਰ ਚੀਜ਼ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈਗੀ, ਤਾਂ ਕਿ ਅਸੀਂ ਇੱਕ ਅਜ਼ੀਮ ਕੌਮ ਬਣੀਏ। ਔਰ ਬਾਬੇ ਕਾਇਦਤ ਮੁਹੰਮਦ ਅਲੀ ਜਿਹੜਾ ਰਹਿਮਤੁੱਲਾ ਤਾਲਾ ਰਹੀ ਦੀ ਜਿਹੜੀ ਖਵਾਹਿਸ਼ ਸੀ ਕਿ ਇੱਕ ਅਜ਼ੀਮ ਮੁਲਕ ਹੋਵੇ, ਅਜ਼ੀਮ ਪਾਕਿਸਤਾਨ ਹੋਵੇ, ਉਹ ਬਣਾਈਏ ਔਰ ਇਸ ਨੂੰ ਮਜ਼ੀਦ ਤਰੱਕੀ ਵੱਲ ਲੈ ਕੇ ਜਾਈਏ। ਮਿਲਾਂਗੇ ਫਿਰ ਕਿਸੇ ਨਵੇਂ ਰੋਜ਼, ਨਵੇਂ ਮੌਜੂ, ਨਵੇਂ ਪੈਗਾਮ ਦੇ ਨਾਲ। ਤਬ ਤੱਕ ਮੈਨੂੰ ਤੋਂ ਇਜਾਜ਼ਤ, ਪਾਕਿਸਤਾਨ ਜ਼ਿੰਦਾਬਾਦ।